ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਅਸੀਂ ਜੀਓ ਦਾ ਇੱਥੇ ਪਾਈਪਲਾਈਨ ਨਹੀਂ ਪੈਣ ਦੇਣੀ। ਬੇਜੀ ਦੇ ਕੰਪਨੀ 'ਚ ਲੱਗੇ ਤੁਸੀਂ ਏਅਰਟੈਲ ਕਿੱਦਾਂ ਦੱਸ ਰਹੇ? ਇਹ ਮੁੰਡਾ ਹੈ ਨਾ, ਤੁਸੀਂ ਏਅਰਟੈਲ ਕਿੱਦਾਂ ਦੱਸ ਰਹੇ? ਯਾਰ ਬੇਜੀ ਮੇਰਾ ਆਰਾਮ ਨਾਲ ਗੱਲ ਕਰੋ, ਮੈਂ ਵੀ ਤੁਹਾਡਾ ਆਰਾਮ ਨਾਲ ਗੱਲ ਕਰਦਾ ਪਿਆ। ਮੈਂ ਨਹੀਂ ਕਰ ਸਕਦਾ, ਜੀਓ ਵਾਲੇ ਨਾਲ ਅਸੀਂ ਆਰਾਮ ਨਾਲ ਨਹੀਂ ਕਰਨੀ ਗੱਲ। ਜੀਓ ਦਾ ਤਾਂ ਅਸੀਂ ਕੇਬਲ ਪੈਣੇ ਨਹੀਂ ਦੇਣੀ ਕੋਈ ਵੀ ਆਪਣੇ ਪਿੰਡ ਦੇ ਵਿੱਚ। ਦੂਜਾ ਦੱਸ ਰਹੇ ਪਾਈਪਲਾਈਨ ਵੀ ਨਹੀਂ, ਇੱਕ ਦੂਜਾ ਦੱਸ ਰਹੇ ਕਹਿੰਦੇ ਏਅਰਟੈਲ ਦੀ ਤਾਰ ਪੈ ਰਹੀ। ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਜੀ ਦੱਸੋ ਏਅਰਟੈਲ ਦਾ, ਕਹਿੰਦਾ ਏਅਰਟੈਲ ਦਾ ਨਹੀਂ ਜੀਓ ਦਾ ਜੀ। ਮੈਨੂੰ ਪਤਾ ਨੀ ਸੀਗਾ ਵੀ ਇੱਥੇ ਪਰਮਿਸ਼ਨ ਕਿੱਦਾਂ ਵੀ ਕੀਤੀ ਆ। ਮੁੰਡਾ ਦੂਜਾ ਸੀ, ਉਹ ਬਿਮਾਰ ਸੀ, ਉਹ ਚਲੇ ਗਿਆ। ਮੈਂ ਅੱਜ ਹੀ ਆਇਆ ਜਸਟ, ਮੈਨੂੰ ਪੁੱਛਿਆ ਨਾ ਅਚਾਨਕ ਕੋਈ ਪਿੰਡ ਵਿੱਚ ਚੱਲਿਆ ਸੀਗਾ, ਮੈਨੂੰ ਪਤਾ ਨੀ ਸੀਗਾ ਵੀ ਇੱਥੇ ਪਰਮਿਸ਼ਨ ਕਿੱਦਾਂ ਵੀ ਕੀਤੀ ਆ। ਮੁੰਡਾ ਦੂਜਾ ਸੀ, ਉਹ ਬਿਮਾਰ ਸੀ, ਉਹ ਚਲੇ ਗਿਆ। ਮੈਂ ਅੱਜ ਹੀ ਆਇਆ ਜਸਟ, ਮੈਨੂੰ ਬੇਜੀ ਦੇ ਕੰਪਨੀ 'ਚ ਲੱਗੇ ਤੁਸੀਂ ਏਅਰਟੈਲ ਕਿੱਦਾਂ ਦੱਸ ਰਹੇ? ਤੁਸੀਂ ਏਅਰਟੈਲ ਕਿੱਦਾਂ ਦੱਸ ਰਹੇ? ਨਮਸਤੇ ਸਰ। ਸਰ ਜੀ, ਉਹ ਪਰਮਿਸ਼ਨ ਕੇ ਬਾਰੇ ਮੈਂ ਪੁੱਛ ਰਹੇ ਥੇ ਗਾਉਂ ਵਾਲੇ। ਤੁਹਾਡਾ ਇਹ ਅਪਰੂਵ ਹੋ ਗਿਆ? ਇਹ ਤੁਹਾਡਾ ਇਹ ਜੋ ਪਰਮਿਸ਼ਨ ਸੀ ਅਪਰੂਵ ਹੋ ਗਿਆ ਤੁਹਾਡਾ ਇਹ? ਤੁਹਾਡੀ ਕਿਹੜੀ ਕੰਪਨੀ ਹੈ ਜੀ? ਇਹ ਜੀਓ ਦਾ ਬੋਲ ਰਿਹਾ, ਜੀਓ ਦਾ ਤੁਸੀਂ ਇਹ ਤੁਹਾਡੇ ਬੰਦੇ ਏਅਰਟੈਲ ਦੱਸ ਰਹੇ? ਬਈਏ ਨੂੰ ਤੁਸੀਂ ਕਿਹਦੀ ਪਰਮਿਸ਼ਨ? ਤੁਸੀਂ ਏਦਾਂ ਜੀਓ ਦਾ, ਅਸੀਂ ਪਿੰਡਾਂ ਚੋਂ ਵੈਸੇ ਹੀ ਲੰਘਣ ਦੇਣਾ, ਤੁਹਾਡੀਆਂ ਮਸ਼ੀਨਾਂ ਨੀ ਜਾਣ ਦੇਣੀਆਂ ਇੱਥੋਂ ਹੁਣ। ਮਹਾਰਾਜ ਸਿੱਧਾ ਜੀਓ ਵਾਲੇ ਨੇ ਉਦਾਂ ਨੀ ਪਿੰਡ 'ਚ ਬਣਦੇ, ਤੇ ਤੁਸੀਂ ਮਸ਼ੀਨਾਂ ਕਿੱਦਾਂ ਭੇਜਤੀਆਂ ਸਾਡੇ ਪਿੰਡ 'ਚ? ਸਾਡੇ ਪਿੰਡ 'ਚ ਕਿਸੇ ਦੀ ਪਰਮਿਸ਼ਨ ਲਈ ਤੁਸੀਂ? ਕਿਸੇ ਪੰਚਾਇਤ ਨੂੰ ਮਿਲੇ ਤੁਸੀਂ? ਬਾਈ ਜੀ, ਅਸੀਂ ਜੀਓ ਦਾ ਟਾਵਰ ਨਹੀਂ ਚੱਲਣ ਦੇ ਰਹੇ, ਤੁਸੀਂ ਮਸ਼ੀਨਾਂ ਕਿੱਦਾਂ ਭੇਜਤੀਆਂ ਇੱਥੇ? ਪੈਰ ਥੱਲਾ ਕਿੱਦਾਂ ਦਬਾਤੇ ਤੁਸੀਂ? ਅਸੀਂ ਤਾਂ ਜੀਓ ਦੇ ਟਾਵਰ ਨਹੀਂ ਚੱਲਣ ਦੇ ਰਹੇ ਪੰਜਾਬ 'ਚ, ਅਸੀਂ ਬਣ ਨਹੀਂ ਦੇਣਾ ਜੀਓ। ਤੁਸੀਂ ਇੱਥੇ ਥੱਲੇ ਪਾਈਪਲਾਈਨ ਕਿੱਦਾਂ ਦਬਾਤੀ? ਕੌਣ ਪਟਾਈ ਇੱਥੇ ਕਰਕੇ ਤੁਸੀਂ ਸੜਕਾਂ ਪੱਟ ਕੇ ਰੱਖ ਦਿੱਤੀਆਂ ਇੱਥੇ? ਅਸੀਂ ਜੀਓ ਦਾ ਕੰਮ ਨਹੀਂ ਚੱਲਣ ਦੇਣਾ, ਜਿਹੜਾ ਪਾਈਪਲਾਈਨ ਹੈ ਤੁਹਾਡਾ ਸਮਾਨ ਨਹੀਂ ਦੇਣਾ ਅਸੀਂ ਇੱਥੇ। ਤੁਸੀਂ ਤੁਹਾਡਾ ਕਦੇ ਏਅਰਟੈਲ ਦੱਸ ਰਹੇ, ਕਦੇ BSNL ਦੱਸ ਰਹੇ? ਕੋਈ ਪਿੰਡ 'ਚ ਏਅਰਟੈਲ ਦਾ, ਕੋਈ ਪਿੰਡ 'ਚ BSNL? ਤੁਹਾਡਾ ਬੰਦਾ ਕਿਉਂ ਨਹੀਂ ਆਦਾ? ਬਿਨਾਂ ਬੰਦੇ ਤੁਸੀਂ ਭਈਏ ਕੀ ਭੇਜੇ? ਜੇ ਤੁਸੀਂ ਭਈਏ ਦੱਸ ਦੇ ਇਹਨਾਂ ਨੂੰ, ਤੁਸੀਂ ਆਪ ਆਓ ਇੱਥੇ ਜਿਹੜੇ ਤੁਸੀਂ ਇਹ ਭੇਜਿਆ ਜੀਓ, ਜੀਓ ਦੇ ਅਸੀਂ ਵੈਸੇ ਨਹੀਂ ਚੱਲਣ ਦੇਣਾ ਕੰਮ। ਮਸ਼ੀਨ ਲਾ ਕੇ ਕਾਪੀ ਨਹੀਂ ਸਾਨੂੰ ਚਾਹੀਦੀ, ਅਸੀਂ ਨਹੀਂ ਜੀਓ ਦਾ ਕੰਮ ਚੱਲਣ ਦੇਣਾ ਇੱਥੇ। ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਅਸੀਂ ਜੀਓ ਦਾ ਇੱਥੇ ਪਾਈਪਲਾਈਨ ਨਹੀਂ ਪੈਣ ਦੇਣੀ। ਹੁਣ ਤੁਸੀਂ ਮੇਨ ਮਹਿਕਮੇ ਵਾਲੇ ਆਉਂਗੇ, ਤੁਸੀਂ ਝੂਠ ਬੋਲ ਕੇ ਸਾਡੇ ਇੱਥੇ ਪਾਈਪਾਂ ਦਵਾਈਆਂ, ਇੱਥੇ ਸਾਡੀਆਂ ਸੜਕਾਂ ਵੱਟੀਆਂ ਬਿਨਾਂ ਪਰਮਿਸ਼ਨ ਦੇ, ਪਿੰਡ 'ਚ ਤੁਸੀਂ ਜੀਓ ਦੀ ਲਾਈਨ ਪਾਈ ਕਿਦਾਂ? ਅਸੀਂ ਮਸ਼ੀਨਾਂ ਜਦ ਤੱਕ ਤੁਹਾਡੇ ਬੰਦੇ ਨਹੀਂ ਆਉਂਦੇ ਅਸੀਂ ਇੱਥੇ ਜਾਣ ਨਹੀਂ ਦੇਣੀਆਂ। ਕਾਪੀ ਨਹੀਂ ਸਾਨੂੰ ਬੰਦੇ ਆਓ ਇੱਥੇ, ਜਿਹੜੇ ਆਪ ਆ ਕੇ ਖੁਦ ਮਿਲੋ, ਕਾਪੀਆਂ ਕੁਪੀਆਂ ਸਾਨੂੰ ਨਹੀਂ ਚਾਹੀਦੀਆਂ, ਨਾ ਅਸੀਂ ਕੰਮ ਚੱਲਣ ਦੇਣਾ ਤੁਹਾਡਾ ਇਹ।
एमएलए साहब जिदा कि किसान अंदोलन के जियो का प्रोटेस्ट चल रहा जियो के खिलाफ लोग तुहाडे पिंड विच लाइनां पाई जा रही तो पता लग्या कि इन कोई ना कोई परमिशन जियो की लाइनां धक्के पाई जा रही। देखो सानू भी एक दो दिन तो यही पता लगता सी, कदे कहिंदे तां एयरटेल दी है, कदे कहिंदे बीएसएनएल दी है, पर अज जदों असीं पता करिया तां हुण पता लग्या वी जियो दी लाइन है, इस करके असीं बंद कराती है। जियो वालिआं दी बिल्कुल नहीं इत्थे अडानियां वानियां दी लाइन पैण देवांगे ते पिंड वालिआं नाल इकट्ठे हो के तां मेरे वल्लों भी सारिआं दी लाइन बंद करा दित्ती है। इह पहलां झूठ बोले सानू, ना इहनां कोल कोई परमिशन है ना कुछ हैगा। चलो परमिशन होवा भी जदों जियो दा नाम आ गिआ तां आपां नहीं पैण देणी। की मसला भाजी थोड़े पिंड क्या रौला पै जी? पिंड जी ये तीन दिन हो गए लगभग, इन्हों तीन दिन तो ना आजमपुर तो पटाई जल्दी आ रही थी। पहला आजमपुर पूछे इन्हों कादी पाइपलाइन दब रही, कहते बीएसएनएल दब रही। कल दुपहरे मैं पूछे इन्हों, मैं कहा यह तुम हूँ पिंड जाए किसी की परमिशन ली है इतने? कहते परमिशन ली हुई है। मैं चलो परमिशन दिखा दो तुम कि कंपनी है? कहते एयरटेल है। मैं कहा चलो शाम तक परमिशन दिखा दो। हूँ सवेर दे कल शाम नहीं लिया, सवेरा नहीं लिया। हुण एक अंबाले तो बंदा आया, उहदे कोल कोई करोना का कोई रिपोर्ट नहीं, कोई कुछ नहीं, ना कोई कागज़ पत्र। जदों उन्हें तो मेन परमिशन वाले बंदे नाल गल की, वह कहिंदे जियो दा है। जियो दा तां असीं टावर नहीं पंजाब चलन देंदे, नैटवर्क नहीं चलन देंदे, पाइपलाइन नहीं, बिना परमिशन दे साडे इत्थे दवा ली। असीं तां सारा समान जब्त कर लिया। हुण जद तक कोई इहदा मेन अधिकारी नहीं आता, तीन दिन तो जब असीं इहनां नूं मना कर रहे दबाण तो, तां क्यों नहीं हटे? हुण इहदे पाइप मशीन असीं जब्त कर ली, अधिकारी इहदे आउंगे तां बंदिआं नूं जाण देवांगे इहनां दिआं नूं। इह वी इत्थे बैठे जद तक सब्जी पता मैं ज्वाइन किए कार्ड वंडन टाइम लगता वा ਬਿਮਾਰ ਹੋਣਾ ਉਹ ਕਹਿੰਦੇ ਤੂੰ ਜਾਇਆ। ਮੈਂ ਕਿਹਾ ਠੀਕ ਇਹਨਾਂ ਨੂੰ ਪੁੱਛੂ ਸੀ ਪੰਚਾਇਤ ਮੈਂਬਰ ਕਿ ਤੁਹਾਡੇ ਕੋਲ ਕੋਈ ਪਰਮਿਸ਼ਨ ਲਈ ਕਿਸੇ ਗੱਲ ਦੀ? ਨਾ ਹੀ ਨਾ ਕੋਈ ਇਹਨਾਂ ਨੇ ਪੁੱਛਿਆ ਕਿ ਮੈਂ ਸਵੇਰੇ ਇਹਨੂੰ ਪੁੱਛਿਆ ਜਦੋਂ ਇਹ ਬੰਦਾ ਮੈਨੂੰ ਮਿਲਿਆ ਇਹਨਾਂ ਦਾ ਜਿਹੜਾ ਕਹਿ ਰਿਹਾ ਕਿ ਮੈਂ ਲੁਧਿਆਣੇ ਤੋਂ ਆਇਆ। ਪਹਿਲਾਂ ਉਹ ਕਹਿ ਰਿਹਾ ਮੈਂ ਅੰਬਾਲੇ ਤੋਂ ਆਇਆ ਸੀਗਾ ਜਦੋਂ ਮੈਂ ਇਹਨੂੰ ਪੁੱਛਿਆ। ਹੁਣ ਇੱਥੇ ਆ ਕੇ ਉਦੋਂ ਬਾਅਦ ਇਹ ਕਹਿ ਰਿਹਾ ਕਿ ਅਸੀਂ ਏਅਰਟੈਲ ਦਾ ਦਵਾ ਰਹੇ ਹਾਂ। ਮਤਲਬ ਉਹਦੇ ਬਾਅਦ 'ਚ ਇਹਦੇ ਨਾਲ ਗੱਲ ਕੀਤੀ ਮਸ਼ੀਨ ਵਾਲੇ ਬੰਦੇ ਨਾਲ, ਉਹਨੇ ਗੱਲ ਕਰੀ ਆਪਣੇ ਕਿਸੇ ਇੰਜੀਨੀਅਰ ਦੇ ਨਾਲ। ਮਤਲਬ ਉਹਨੇ ਇਹੀ ਦੱਸਿਆ ਕਿ ਇਹ ਤਾਂ ਜੀਓ ਦੇ ਬਣਾ ਆਪਣਾ ਦਵਾ ਰਹੇ ਆਪਾਂ ਕੇਬਲ, ਇਹ ਏਅਰਟੈਲ ਦੱਸ ਰਿਹਾ। ਮਤਲਬ ਅਸੀਂ ਹੁਣ ਇਹਨਾਂ ਦਾ ਕੰਮ ਬੰਦ ਕਰ ਦਿੱਤਾ ਜੀ ਇੱਥੇ। ਮਤਲਬ ਅਸੀਂ ਜੋ ਮਸ਼ੀਨਾਂ ਇਹਨਾਂ 'ਤੇ ਜੋ ਵੀ ਸਮਾਨ ਹੈਗਾ ਉਹ ਅਸੀਂ ਆਪਣੇ ਕੰਟਰੋਲ 'ਚ ਕਰ ਲੈਂਦੇ ਹਾਂ। ਜਦੋਂ ਤੱਕ ਇਹਨਾਂ ਦਾ ਕੋਈ ਉੱਚ ਅਧਿਕਾਰੀ ਨਹੀਂ ਇਸ 'ਤੇ ਪਹੁੰਚਦਾ ਉਦੋਂ ਤੱਕ ਅਸੀਂ ਇਹਨਾਂ ਨੂੰ ਕੋਈ ਸਮਾਨ ਨਹੀਂ ਦੇਣਾ। ਮਤਲਬ